ਕੁੜਤਾ ਪਜਾਮਾ ਉਹੀ ਆ, ਇਹਦੇ ਵਿੱਚ ਇੱਕ ਨੋਟ ਆ, ਇਹਦੇ ਵਿੱਚ ਇੱਕ ਗਿਫਟ ਆ ਇਹਦਾ। ਮਿੱਠਾ ਕਰੋ ਤਾਂ ਉਹਨੂੰ ਚੀਜ਼ੀ ਲੈਣੀ ਆ ਨਾ, ਮਿੱਠਾ ਕਰੋ ਪਹਿਲਾਂ, ਮਿੱਠਾ ਕਰੋ ਏਦਾਂ, ਐ ਕਰੋ, ਚਲੋ ਆ ਦੇਖੀ, ਆ ਦੇਖੀ ਟੁੱਟਣ ਦੇ ਆ ਕਰੇ ਕਿੱਦਾਂ ਓਏ ਗੰਨੂ ਨਿਕਲਾ ਆਇਆ ਤਾਂ ਗੰਨੂ ਓਏ 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 ਇੱਦਾਂ ਕਿਊਟ ਗੰਨੂ ਕੌਣ ਹੈ ਨੀਨੀ ਕਲਾ ਦੋ ਇਹਨੂੰ ਗਲੇ ਲਾ ਲਓ ਔਂ ਕੱਕ ਲਾ ਲਓ ਹਾਂ ਕਰ ਲਓ ਕਰ ਲਓ ਇੱਦਾਂ ਹਾਂ ਔਂ ਕੱਕ ਬਾਲਾ ਕਿਊਟ ਹੈ ਕਿੰਨਾ ਕੁ ਕਿਊਟ ਆ ਮੈਂ ਨਾ ਜਿਹੜੀਆਂ ਬਾਸਕਿਟਸ ਨੀ ਹੁੰਦੀਆਂ ਲਾਂਡਰੀ ਵਾਲੀਆਂ ਪਹਿਲਾਂ ਹੀ ਅਸੀਂ ਸਾਡੀਆਂ ਦੋ ਮੈਂ ਫਿਰ ਮੰਗਾਈਆਂ ਕਿਉਂਕਿ ਸਾਨੂੰ ਘੱਟ ਗਏ ਸਾਰੇ ਖਿਡੌਣੇ ਤੋਂ ਅਸੀਂ ਬਾਸਕਿਟ ਵਾਲਾ ਭਰ ਰੱਖਿਆ ਤੇ ਬਸ ਐਵੇਂ 5-10 ਮਿੰਟ ਦੀ ਖੇਡ ਆ ਇਹਦੇ ਵਾਸਤੇ ਤੇ ਕਦੇ ਉੱਥੇ ਹੀ ਘੁੰਮ ਜਾਂਦਾ ਦੇਖੀ ਆ ਦੇਖੀ ਲਓ ਅੱਜ ਹੁਣ ਕਰੀਏ ਆਪਾਂ ਓਏ ਗੰਨ
ਕੈਮਰਾ ਲੇਟ ਆਨ ਹੁੰਦਾ ਹੁੰਦਾ ਬਹੁਤ ਹੀ ਸੋਹਣਾ ਗਿਫਟ ਮਿਲਿਆ ਹੈਗਾ ਬਹੁਤ ਘੈਂਟ ਅੱਜ ਅਗਮ ਚੱਲਿਆ ਮੇਰਾ ਆਪਾਂ ਵੇਟ ਕਰਦੇ ਤਾਏ ਜੀ ਉੱਥੇ ਹੋਣਗੇ ਸਾਰੇ ਜਾਣੇ ਇਹ ਤੇ ਕੀ ਲਿਖਿਆ ਯਾਰ ਡੀਅਰ ਅਗਮ ਯੂ ਆਰ ਸੋ ਪ੍ਰੀਸੀਅਸ ਟੂ ਅਸ ਮੇ ਦਾ ਇਨੋਸੈਂਸ ਇਨ ਯੂਅਰ ਆਈਜ਼ ਅੱਗੇ ਕੀ
ਪਾਰਸਲ ਵੇਟ ਆਪਾਂ ਗਏ ਸੀ ਚੰਡੀਗੜ੍ਹ ਤੇ ਆਪਾਂ ਖੋਲਦੇ ਆ ਦੇਖਦੇ ਇਹਦੇ ਚ ਕੀ ਆਇਆ ਅਗਾ ਪਈ ਰੌਲਾ ਦੇਖਦੇ ਇਹਦੇ ਚ ਕੀ ਆ ਲਓ ਜੀ ਜੇ ਕੁਝ ਕੋਦਿਆ ਭਾਣ ਨਿਕਲੇ ਚੂਹਾ ਵਾਲੀ ਗੱਲ ਹੋ ਗਈ ਨਾ ਹੋਰ ਹੀ ਹੋ ਜੂ ਮੇਰੇ ਨਾਲ ਵੀਡੀਓ ਬਣਾਈ ਜਾਏ ਸਾਰੀ ਵੀਡੀਓ ਪ੍ਰੂਫ ਹੁੰਦੀ ਆ ਰੌਲਾ ਹੀ ਪਾਈ ਜਾਣਾ ਵੀ ਮੈਨੂੰ ਦਿੱਤਾ ਨੀ ਗਾ ਚਾਕੂ ਫੜ ਲਿਆ ਮਾੜਾ ਜਾ ਮੇਰੀ ਖੁਸ਼ੀ ਦਾ ਟਿਕਾਣਾ ਨੀ ਹੈਗਾ ਵੈਸੇ ਕੋਈ ਇਹਦੇ ਵਿੱਚ ਪਤਾ ਨੀ ਕੀ ਨਿਕਲੋ ਕਿਤੇ ਹੋਰ ਹੀ ਚੀਜ਼ ਨਾ ਭੇਜ ਦੇਣ ਮੈਨੂੰ ਤਾਂ ਬਾਹਲਾ ਉਹ ਲੱਗਿਆ ਰਹਿੰਦਾ ਇਹਨਾਂ ਦੇ ਵੀ ਪੈਸੇ ਲਾਉਣੇ ਆਪਾਂ ਹੋਰ ਹੀ ਚੀਜ਼ ਭੇਜ ਦਿੰਦੇ ਕਈ ਵਾਰੀ ਹਾਏ ਰੱਬਾ ਮੈਨੂੰ ਹੋਰ ਹੀ ਲੱਗ ਰਿਹਾ ਚੀਜ਼ਾਂ ₹700 ਦੇ ਕੇ ਹੀ ਆ ਦੀਦੀ ਇਹਦਾ ₹700 ਮੈਂ ਕਿੰਨੇ ਦਾ ਮੰਗਾਇਆ ਦੀਦੀ ਰੈਂਟ ਲਿਆ ਨਾ ਇਹਦਾ ਕੋਲੇ ਵੀ ਆ ਸੀ ਕਿੰਨਾ ਸੋਹਣਾ ਨਾ ਤੁਹਾਨੂੰ ਆ ਟੇਢੇ ਕਰਕੇ ਪਾਉਂਦੇ ਨੇ ਕਿੰਨਾ ਘੈਂਟ ਹੈ ਨਾ ਖਾਧਾ ਉਹ ਨਹੀਂ ਆਉਂਦਾ ਕਰਕੇ ਭੂਆ ਨੂੰ ਮਾੜੀ ਮੋਟੀ ਸੋਹਣੀ ਆ ਨਾ ਚੀਜ਼ ਜੀ ਦਾ ਓਏ ਵਾ ਕਿੰਨੀ ਘੈਂਟ ਆ ਨਾ ਤੈਨੂੰ ਉਹ ਕਿੱਡੀ ਸੋਹਣੀ ਆ ਹਨਾ ਹਾਂ 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 ਇੱਕ ਵੀ ਮੋਤੀ ਉਹ ਨੀ ਹੈਗਾ ਇਹਦਾ ਸਾਰੇ ਮੋਤੀ ਪ੍ਰੋਪਰ ਨੇ ਗੇ ਕਿੰਨੀ ਸੋਹਣੀ ਹੈ ਨਾ ਨਿੱਕਾ ਸਹੀ ਹੈ ਦੇਖੇ ਉਹ ਕਿੱਡਾ ਸੋਹਣਾ ਹੈਗਾ ਹਨਾ ਬੜੇ ਸੋਹਣੇ ਨਿੱਕੇ ਜੇ 170 ਰੁਪਏ ਦੇ ਬੁਆ ਇੱਕ ਰਹਿ ਗਿਆ ਲਾਸਟ ਹਾਏ ਰੱਬਾ ਇਹ ਬਾ ਘੈਂਟ ਨਿਕਲਿਆ ਵੇਣਾ ਜਾਨੂੰ ਫਿਰ ਮੈਂ ਤੁਹਾਨੂੰ ਦੱਸੂਗੀ ਵੀ ਇਹ ਕਿਨੇ ਦਾ ਵਾਈਟ ਕੁੰਦਨ ਅੱਛਾ ਵਿੱਚ ਲਿਖ ਕੇ ਪਾਇਆ ਇਹਨਾਂ ਨੇ ਡੱਬਾ ਬੜਾ ਸੋਹਣਾ ਦਿੱਤਾ ਹੈਗਾ
ਚਲੋ ਇਹ ਵੀ ਦੇ ਦਿੰਦੇ ਰੱਬ ਕਰਕੇ ਸੋਹਣੀ ਸੋਹਣੀ ਜਿਹੀ ਹੋਵੇ ਆਈਟਮ ਘੈਂਟ ਹੋਵੇ ਐਂ ਤਾਂ ਭਾਰ ਵੀ ਉਹ ਵੀ ਸੋਹਣੀ ਪੈਕ ਕੀਤੀ ਹੈ ਵੈਸੇ ਇਹਨਾਂ ਨੇ ਮੈਨੂੰ ਕਿਹਾ ਸੀ ਸੁਰਵੀਰ ਨੇ ਕਹਿੰਦੀ ਮੈਨੂੰ ਫੋਟੋ ਭੇਜੋ ਭੇਜੂ ਮੈਂ ਮੰਗਾਏ ਹੋਏ ਹੈਗੇ ਕਿੰਨਾ ਸੋਹਣਾ ਨਾ ਬਹੁਤ ਘੈਂਟ ਆਇਆ ਵੀ ਕੋਈ ਚੀਜ਼ ਕਿਸੇ 'ਚ ਕੋਈ ਕਮੀ ਨਹੀਂ ਸਾਰੇ ਘੈਂਟ ਆਏ ਨੇ ਮੈਨੂੰ ਐਂ ਲੱਗਦਾ ਸੀਗਾ ਇਕੱਲਾ ਆਹੀ ਭੂਆ ਕੱਲ੍ਹ ਦੇਖ ਲੈ 2200 ਬੋਲਦਾ ਸੀ ਉਹ ਹਾਂ ਮੈਨੂੰ ਉਹ ਕੱਲ੍ਹ ਮੈਨੂੰ 2200 ਬੋਲਦਾ ਸੀ ਮੈਂ ਦੁਕਾਨ 'ਤੇ ਗਈ ਸੀ ਇਹ ਮੈਨੂੰ ਪਿਆ ਗਾ 500 ਕੁਛ ਦਾ ਪਿਆ ਮੈਂ ਤੁਹਾਨੂੰ ਦੱਸਦੀ ਹਾਂ ਕਿੰਨੇ ਦਾ ਪਿਆ ਮੈਨੂੰ ਕਿੱਥੇ 2200 ਭੂਆ ਕਿੱਥੇ 500 ਹੈ ਨਾ ਫਰਕ ਸੇਮ ਆ ਪਿੱਛੇ ਉਹਦੇ ਵੀ ਆਈ ਸੀ ਅਤੇ ਇਹਦੀ ਵਿਆਹੀ ਦੇਖ ਸਾਰਾ ਕੁਛ ਉਵੇਂ ਉਹਨਾਂ ਨੇ ਜੜੇ ਹੋਏ ਨੇ ਵਿੱਚ ਲੈ ਕਿੰਨੇ ਸੋਹਣੇ ਲੱਗਦੇ ਆ ਹੋਰ ਇਹਦੇ 'ਚ ਕਿਹੜਾ ਅਰਕ ਲਾਉਂਦੇ ਹੁੰਦੇ ਆ ਉਹ ਮੇਰੇ ਕਹਿਣ ਵਾਂਗੂ ਨਹੀਂ ਆਹ ਵੇਖ ਲਓ ਇਹ ਦਿਖਾਉਣੀ ਆ ਮੈਂ ਭੂਆ ਇਹ ਆਹ ਦੀ ਆਹ ਭੂਆ ਹੈਗੀ 565 ਦੀ ਮੈਨੂੰ ਆਹ ਦੇਖ ਸੇਮ ਆਇਆ ਫੋਟੋ ਵਾਲਾ ਸੇਮ ਚੀਜ਼ ਆ ਉਹ ਆ ਹਾਂ ਏ ਅਤੇ ਮੈਂ ਦੂਜਾ ਦਿਖਾਉਣੀ ਤੁਹਾਨੂੰ ਫੜਦਾ ਇੱਥੇ ਆਹ ਸੀਗਾ 642 ਦਾ ਆਹ ਜਾਨੂੰ ਕਿੰਨੇ ਦੀ ਹੈਗੀ 186 ਰੁਪਇਆਂ ਦੀ ਮੈਨੂੰ 170 ਮੈਨੂੰ ਹੁਣ ਰੇਟ ਵਧਿਆ ਇਹਦਾ ਮੈਨੂੰ 170 ਕੁਛ ਦੀ ਪਈ ਆ ਅੱਜ 175 ਰੁਪਿਆ ਸੇਮ ਆ ਨਾ ਸੇਮ ਫੋਟੋ ਘੈਂਟ ਆ ਪ੍ਰੋਡਕਟ ਸਾਰੇ ਘੈਂਟ ਆ ਇਹਨਾਂ ਦੇ ਫਿਰ ਇਹਨੇ ਆਹ ਚੀਜ਼ ਏਅਰਿੰਗਸ ਥੋੜ੍ਹੇ ਡਿਫਰੈਂਟ ਆ ਇਹਨਾਂ ਨਾਲੋਂ ਪਰ ਠੀਕ ਆ ਪਰ ਫਿਰ ਵੀ ਜੇ ਦੇਖਿਆ ਜਾਵੇ ਤਾਂ ਘੈਂਟ ਹੀ ਉਹਦੇ ਹਿਸਾਬ ਨਾਲ ਤਾਂ ਹੋਰ 170 ਚੀਜ਼ ਦੇ ਦੇਣਾ ਬਹੁਤ ਘੈਂਟ ਆ ਵੀ ਮੀਸ਼ੋ ਤੋਂ ਸ਼ੋਪਿੰਗ ਕਰਨੀ ਚਾਹੀਦੀ ਆ ਪਰ ਦੇਖ ਕੇ ਵੀ ਉਹ ਪੂਰਾ ਉਹ ਕਰ ਕਰਕੇ ਦੇਖਣੀ ਚਾਹੀਦੀ ਆ ਥੈਂਕ ਯੂ ਮਿਲਦੇ ਆਪਾਂ ਕੱਲ੍ਹ ਨੂੰ ਇੱਕ ਨਵੇਂ ਬਲੌਗ ਦੇ ਵਿੱਚ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਥੈਂਕ ਯੂ ਸੋ ਮੱਚ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਅੱਜ ਆਪਾਂ ਆਏ ਹਾਂ ਸੰਗਰੂਰ ਹਮੇਸ਼ਾ ਦੀ ਤਰ੍ਹਾਂ ਰੋਜ਼ ਹੀ ਆਉਂਦੇ ਹਾਂ ਵੈਸੇ ਅੱਜ ਨਹੀਂ ਆਏ ਅੱਜ ਇਕੱਲੇ ਨਹੀਂ ਆਏ ਲਵੀ ਦੀਦੀ ਵੀ ਸਾਡੇ ਨਾਲ ਆਇਆ ਅੱਗੂ ਵੀ ਗਿੱਲ ਸਾਹਿਬ ਅਤੇ ਦਾਸ ਅੱਜ ਆਪਾਂ ਦੇਖਣੀਆਂ ਨੇ ਜੁੱਤੀਆਂ ਸੰਗਰੂਰ ਦੀਆਂ ਜੁੱਤੀਆਂ ਵੈਸੇ ਹੀ ਬਹੁਤ ਮਸ਼ਹੂਰ ਨੇ ਤੁਹਾਨੂੰ ਦਿਖਾਵਾਂਗੇ ਵੀ ਕਿੱਦਾਂ ਕਿੱਦਾਂ ਜੁੱਤੀ ਆਪਾਂ ਲੈ ਰਹੇ ਹਾਂ ਮੈਨੂੰ ਜੁੱਤੀਆਂ ਦਾ ਬਹੁਤ ਸ਼ੌਂਕ ਆ ਹੈ ਨਾ ਸੰਗਰੂਰ ਦੇ ਵੈਸੇ ਆਪਾਂ ਲੇਟ ਕਿਉਂ ਆਏ ਹਾਂ ਬਿਕੋਜ਼ ਬਹੁਤ ਜ਼ਿਆਦਾ ਧੁੰਦ ਹਜੇ ਤੱਕ ਇੰਨਾ ਜ਼ਿਆਦਾ ਮੌਸਮ ਖਰਾਬ ਹੋ ਰਿਹਾ ਇੱਕ ਦੋ ਵਾਰ ਤਾਂ ਸਾਨੂੰ ਇੱਦਾਂ ਲੱਗਦਾ ਸੀ ਜਮਾਂ ਇੱਥੇ ਹੀ ਧੁੰਦ ਹੁੰਦੀ ਹੈ ਜਦੋਂ ਆਪਾਂ ਘਰ ਵਾਪਸ ਆਉਣੇ ਹੈਗੇ ਪਰ ਅੱਜ ਫਿਰ ਵੀ ਹਜੇ ਠੀਕ ਆ ਹੈ ਨਾ ਅੱਗੇ ਨਾਲੋਂ ਫਰਕ ਆ ਵੀ ਦਿਨ ਜਾਂ ਹੈਗਾ ਗਾ ਪਰ ਛੇਤੀ ਮੁੜਨਾ ਪੈਣਾ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਅੱਜ ਦਿਨ ਜੇ ਧੁੱਪ ਨਹੀਂ ਨਿਕਲੀ ਹੈਗੀ ਜਲਦੀ ਧੁੰਦ ਫਿਰ ਪੈਣ ਲੱਗ ਜਾਣੀ ਆ ਹਜੇ ਵੀ ਲੋਕਾਂ ਦੀ ਕਿੰਨੀ ਉਹ ਹੋ ਰਹੀ ਹੈ ਨਾ ਕਿੰਨਾ ਰਸ਼ ਹੈਗਾ ਬਾਹਰ ਹੈ ਨਾ ਇੱਦਾਂ ਇਹ ਹੈ ਜੀ ਸੰਗਰੂਰ ਸ਼ਹਿਰ ਪਹਿਲਾਂ ਵੀ ਆਪਾਂ ਆਉਂਦੇ ਹਾਂ ਰੋਜ਼ ਪਰ ਲਾਈਕ ਟਾਈਮ ਨਹੀਂ ਮਿਲਦਾ ਕਿ ਵੀਡੀਓ ਵਗੈਰਾ ਬਣਾਉਣੀ ਕਿਉਂਕਿ ਅਗਮ ਮੇਰੇ ਕੋਲ ਹੁੰਦਾ ਅੱਜ ਤਾਂ ਦੀਦੀ ਨੇ ਸੰਭਾਲਿਆ ਹੋਇਆ ਚਲੋ ਫਿਰ ਮੈਨੂੰ ਮੌਜਾਂ ਲੱਗੀਆਂ ਹੈਗੀਆਂ ਅਤੇ ਉਹ ਉੱਥੇ ਹੈ ਨਾ ਦੀਦੀ ਉਹ ਮੰਦਰ ਦੇ ਕੋਲ ਆ ਨਾ ਸ਼ੋਪ ਹਾਂ ਉੱਥੇ ਆ ਪਹਿਲੀ ਸ਼ੋਪ ਚਲੋ ਫਿਰ ਤੁਹਾਨੂੰ ਜਾ ਕੇ ਦਿਖਾਉਂਦੇ ਹਾਂ ਆਪਾਂ ਪਹਿਲਾਂ ਜੁੱਤੀਆਂ ਦੇਖਦੇ ਹਾਂ ਫਿਰ ਤੁਹਾਨੂੰ ਦਿਖਾਉਂਦੇ ਹਾਂ ਇੱਥੇ ਖੜਾ ਲਵਾਂ ਸਹੀ ਗੱਲ ਆ ਤੁਸੀਂ ਵੀ ਨਾ
ਥੋੜਾ ਜਿਹਾ ਘੱਟ ਪੰਜਾ ਨਾ ਢੱਕਦੀ ਹੋਵੇ, ਹੋਰ ਜ਼ਿਆਦਾ ਛੋਟਾ ਹੋਵੇ। ਹਾਂ ਸਾਈਜ਼ ਠੀਕ ਹੈ, ਸਾਈਜ਼ ਬਿਲਕੁਲ ਪਰਫੈਕਟ ਆ ਹਨਾ। ਥੋੜੀ ਜੈੱਡ ਬਲੈਕ ਉਦਾਂ ਨਹੀਂ ਚਾਹੀਦੀ ਆ, ਕੋਈ ਵਿੱਚ ਗੋਲਡਨ ਟੱਚ ਬਹੁਤ ਆ ਇਹਦੇ ਚ, ਮੇਰਾ ਪੈਰ ਮਤਲਬ ਬਿਲਕੁਲ ਬਾਹਰ ਵੀ ਨਹੀਂ ਨਿਕਲਿਆ ਹੈਗਾ ਤੇ ਆ ਵੀ ਆ ਕਿੱਦਾਂ ਫ੍ਰੈਂਚ ਜੁੱਤੀ, ਫ੍ਰੈਂਚ ਜੁੱਤੀ ਕਿਹਨੂੰ ਕਹਿੰਦੇ ਆ ਪਤਾ ਨਹੀਂ, ਕਹਿੰਦੇ ਇੰਨਾ ਕੀ ਪੈਰ ਢੱਕਦੀ ਉਹ ਬੋਲਦੇ ਆ ਇਹਨਾਂ ਤਾਂ ਪੰਜਾ ਆਉਂਦਾ ਵੀ ਨਹੀਂ, ਉਹ ਤਾਂ ਕੋਈ ਆਰਡਰ ਤੇ ਤਿਆਰ ਕਰਾ ਕੇ ਕਿਉਂਕਿ ਵਿਕਦਾ ਹੀ ਨਹੀਂ ਮੇਰੇ ਪੰਜਾ ਦਾ ਵੀ ਦੋਨਾਂ ਚੋਂ ਬੈਸਟ ਕਿਹੜੀ, ਦੋਨੇ ਸੋਹਣੀਆਂ ਨੇ ਹਾਂਜੀ ਲੱਗ ਗਏ ਦੋ, ਇਹ ਲੈ ਲਾ ਇਹ ਸੋਹਣੀ ਲੱਗੀ ਤੁਹਾਨੂੰ, ਹਾਂ ਚਲੋ ਠੀਕ ਆ ਫਿਰ ਲੈ ਲੈਣੇ ਉਹ ਪਾਈ ਕੁੱਟਣਗੇ ਕਹਿੰਦੇ।